ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਮੁਖੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਸੰਬੰਧ 'ਚ ਤਿਆਰੀਆਂ ਸਿਖਰਾਂ 'ਤੇ ਹਨ। ਇਸ ਸੰਬੰਧ 'ਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਅਗਵਾਈ ਹੇਠ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਵਿਖੇ ਆਯੋਜਿਤ ਇਸ ਇਕੱਤਰਤਾ 'ਚ ਵੱਖ ਵੱਖ ਸਿੱਖ ਜਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ ਅਤੇ ਸੁਖਮਨੀ ਸਭਾ ਸੁਸਾਇਟੀਆਂ ਨੇ ਸ਼ਮੂਲੀਅਤ ਕਰਕੇ ਸਮਾਗਮਾਂ ਸੰਬੰਧੀ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਬਾਬਾ ਬਲਬੀਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕੁਛ ਕਿਹਾ, ਦੇਖੋ ਅੰਮ੍ਰਿਤਸਰ ਤੋਂ ਮਨਜਿੰਦਰ ਦੀ ਖਾਸ ਰਿਪੋਰਟ। ਅਤੇ ਜਿੰਨੇ ਆਪਣੇ ਕਾਰ ਸੇਵਾ ਵਾਲੇ ਮਹਾਂਪੁਰਖ ਅਤੇ ਬਾਬਾ ਗੁਰ ਇਕਬਾਲ ਸਿੰਘ ਜੀ ਅਤੇ ਹੋਰ ਵੀ ਸਾਡੇ ਸੁਖਮਨੀ ਸਾਹਿਬ ਸਭਾ ਸੁਸਾਇਟੀਆਂ ਦੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਸਾਰਿਆਂ ਨੇ ਜਿਹੜਾ ਅੱਜ ਸਾਂਝੀ ਇੱਕ ਜਿਹੜਾ ਗੁਰਮਤਾ ਕੀਤਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਬੁੱਢਾ ਦਲ ਵਿਖੇ ਜਿਹੜੀ ਸ਼ਹੀਦੀ ਸ਼ਤਾਬਦੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਹੈ 11, 12 ਅਤੇ 14 ਮਾਰਚ ਨੂੰ ਆ ਰਹੀ ਹੈ ਅਤੇ ਉਹਦੇ ਵਾਸਤੇ ਜਿਹੜੇ ਪ੍ਰਬੰਧਾਂ ਵਾਸਤੇ ਅਤੇ ਨਾਲ ਹੀ ਜਿਹੜਾ ਸਾਰੇ ਪ੍ਰੋਗਰਾਮਾਂ ਵਾਸਤੇ ਜਿਹੜੇ ਆ ਜ਼ਿੰਮੇਵਾਰੀਆਂ ਲਾਈਆਂ ਗਈਆਂ ਜਿਨ੍ਹਾਂ ਨੇ ਸੇਵਾਵਾਂ ਲਈਆਂ, ਕੋਈ ਜਲ ਦੀ ਸੇਵਾ, ਕੋਈ ਜੋੜਿਆਂ ਦੀ ਸੇਵਾ, ਕੋਈ ਆਪਣੇ ਹਰ ਤਰ੍ਹਾਂ ਦੀਆਂ ਸੇਵਾਵਾਂ ਸਾਰਿਆਂ ਨੇ ਜਿਹੜਾ ਇੱਥੇ ਆਏ ਨੇ, ਮੈਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦਾ। ਨਾਲ ਹੀ ਬੇਨਤੀ ਕਰਦਾ ਸਾਰੇ ਜਿੰਨੇ ਵੀ ਆਪਾਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮਦੇਵ ਸੰਗਤਾਂ ਨੂੰ ਸਾਰਿਆਂ ਨੇ 11, 12 ਅਤੇ 13 ਅਤੇ 14 ਜਿਹੜਾ ਮਾਰਚ ਨੂੰ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਜਿਹੜੇ 11, 12 ਅਤੇ 13 ਜਿਹੜੇ ਤਰੀਕ ਤੱਕ ਇੱਥੇ ਇਸੇ ਅਸਥਾਨ 'ਤੇ ਪ੍ਰੋਗਰਾਮ ਹੋਣਗੇ ਅਤੇ 14 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਅਖੰਡ ਪਾਠ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਭੋਗ ਪੈਣਗੇ 9 ਵਜੇ ਅਤੇ 10 ਵਜੇ ਤੋਂ ਲੈ ਕੇ ਜਿਹੜਾ ਤਕਰੀਬਨ 4 ਵਜੇ ਤੱਕ ਜਿਹੜੇ ਆ ਗੁਰਮਤਿ ਸਮਾਗਮ ਹੋਣਗੇ ਮੰਜੀ ਸਾਹਿਬ ਦੀਵਾਨ ਹਾਲ। ਅਤੇ ਮੈਂ ਸਮੂਹ ਗੁਰੂ ਨਾਨਕ ਨਾਮਦੇਵ ਸੰਗਤਾਂ ਨੂੰ ਬੇਨਤੀ ਕਰਦਾ ਸਾਰਿਆਂ ਨੇ ਵੱਧ ਚੜ੍ਹ ਕੇ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ। ਜਿੰਨੀਆਂ ਵੀ ਇੱਥੇ ਸੰਗਤਾਂ ਆਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੰਗਤ ਭਾਰੀ ਗਿਣਤੀ ਦੇ ਵਿੱਚ ਇੱਥੇ ਪਹੁੰਚੂਗੀ ਪਰਿਵਾਰਾਂ ਦੇ ਨਾਲ, ਰੋਡ ਮੈਪ ਕੋਈ ਤਿਆਰ ਕੀਤਾ ਗਿਆ, ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕਿਉਂਕਿ ਟ੍ਰੈਫਿਕ ਕਾਫੀ ਹੋਊਗੀ? ਪ੍ਰਸ਼ਾਸਨ ਤਾਂ ਹੁਣ ਉਹ ਹੀ ਮੈਂ ਗੱਲ ਪਹਿਲਾਂ ਹੀ ਕਰਕੇ ਹਟਿਆ, ਪ੍ਰਸ਼ਾਸਨ ਨੇ ਸਰਕਾਰ ਨੇ ਅਜੇ ਤੱਕ ਜਿਹੜਾ ਕੋਈ ਦਿਲਚਸਪੀ ਘੱਟ ਦਿਖਾਈ, ਪਰ ਇੱਥੋਂ ਦੇ ਜਿਹੜੇ ਨੇ ਨਗਰ ਨਿਗਮ ਦੇ ਜਿਹੜੇ ਹੈਗੇ ਨੇ ਕਮਿਸ਼ਨਰ ਨੇ ਰਿਸ਼ੀ ਜੀ ਅਤੇ ਨਾਲ ਜਿਹੜੇ ਨਿੱਜਰ ਸਾਹਿਬ ਨੇ ਉਹ ਨਿੱਜੀ ਦਿਲਚਸਪੀ ਲੈ ਕੇ ਉਹਨਾਂ ਨੇ ਜਿਹੜਾ ਬਹੁਤ ਸਹਿਯੋਗ ਦਿੱਤਾ। ਪ੍ਰੋਗਰਾਮ ਸਾਰਾ ਦੱਸ ਦਿਓ ਕੀ ਉਲੀਕਿਆ ਗਿਆ। ਜਿਹੜਾ ਪ੍ਰੋਗਰਾਮ ਹੈ ਉਹ ਜਿਹੜਾ ਆਪਣੇ 11 ਤਰੀਕ ਨੂੰ ਜਿਹੜਾ ਇਸੇ ਅਸਥਾਨ 'ਤੇ ਸੁਖਮਨੀ ਸਾਹਿਬ ਸਭਾ ਸੁਸਾਇਟੀਆਂ ਦਾ ਸਾਰਾ ਦਿਨ ਬੀਬੀਆਂ ਦਾ ਜਿਹੜਾ ਪ੍ਰੋਗਰਾਮ ਹੋਵੇਗਾ, ਜਿਹੜਾ ਆਲ ਇੰਡੀਆ ਸਭਾ ਸੁਸਾਇਟੀਆਂ ਜਿਹੜੀਆਂ ਨੇ ਸਾਰਿਆਂ ਦਾ ਜਿਹੜਾ ਇਸ ਅਸਥਾਨ 'ਤੇ ਗੁਰਮਤਿ ਸਮਾਗਮ ਹੋਣਗੇ 11 ਤਰੀਕ ਨੂੰ ਅਤੇ 12 ਤਰੀਕ ਨੂੰ ਜਿਹੜਾ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਅਸਥਾਨ ਤੋਂ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ 12 ਮਾਰਚ ਨੂੰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਵੇਰੇ ਅੰਮ੍ਰਿਤ ਵੇਲੇ ਜਿਹੜੀ ਹੈ 10 ਵਜੇ ਸ਼ਹੀਦੀ ਫਤਿਹ ਮਾਰਚ ਦੀ ਆਰੰਭਤਾ ਹੋਵੇਗੀ ਅਤੇ ਪਰਿਕਰਮਾ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੀ ਅਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸਮਾਪਤੀ ਹੋਵੇਗੀ ਸ਼ਹੀਦੀ ਫਤਿਹ ਮਾਰਚ ਦੀ। ਸ਼ਾਮ ਨੂੰ 12 ਮਾਰਚ ਨੂੰ ਹੀ ਜਿਹੜਾ ਇਸੇ ਅਸਥਾਨ 'ਤੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਹੋਣਗੇ ਅਤੇ 13 ਜਿਹੜਾ ਤਰੀਕ ਨੂੰ 13 ਮਾਰਚ ਨੂੰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 10 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਗੁਰਮਤਿ ਸਮਾਗਮ ਹੋਣਗੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ। ਸ਼ਾਮ ਨੂੰ ਜਿਹੜਾ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਹੋਣਗੇ ਅਤੇ 14 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 9 ਵਜੇ ਪਾਏ ਜਾਣਗੇ ਅਤੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਗੁਰਮਤਿ ਸਮਾਗਮ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਣਗੇ। ਮੈਂ ਸਮੂਹ ਗੁਰੂ ਨਾਨਕ ਨਾਮਦੇਵ ਸੰਗਤਾਂ ਨੂੰ ਬੇਨਤੀ ਕਰਦਾ ਸਾਰੇ ਆਪਾਂ ਇਹਨਾਂ ਸ਼ਹੀਦੀ ਪ੍ਰੋਗਰਾਮਾਂ ਦੇ ਵਿੱਚ ਦਰਸ਼ਨ ਦਦਾਰੇ ਕਰੀਏ ਅਤੇ ਨਾਲ ਹੀ ਜਿਹੜਾ ਦੋ ਆਪਣੇ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜੀ ਦਾ ਜਿਹੜਾ ਬੁੱਤ ਹੈ ਉਹ ਸ਼ੇਰਾਂ ਵਾਲੇ ਚੌਂਕ ਦੇ ਵਿੱਚ ਲਾਇਆ ਜਾਊਗਾ। ਗੇਟ ਜਿਹੜਾ ਜਿਹੜੀ ਦਰਸ਼ਨੀ ਡਿਊੜੀ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਹੜਾ ਦਰਸ਼ਨੀ ਗੇਟ ਹੈ ਅਤੇ ਨਾਲ ਹੀ ਜਿਹੜਾ ਦੂਸਰੀ ਆਪਣੇ ਸ਼ਹੀਦ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜਿਹੜੇ ਬੁੱਢਾ ਦਲ ਦੇ ਚੌਥੇ ਜਥੇਦਾਰ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਸੀ ਅਤੇ ਉਹਨਾਂ ਦਾ ਜਿਹੜਾ ਨਾਲ ਹੀ ਚੌਂਕ ਹੈ ਉਸ ਅਸਥਾਨ 'ਤੇ ਘਿਓ ਮੰਡੀ ਚੌਂਕ ਜਿਹੜਾ ਵੱਜਦਾ ਉਸ ਅਸਥਾਨ 'ਤੇ ਉਹਨਾਂ ਦਾ ਬੁੱਤ ਲਗਾਇਆ ਜਾਣਾ।
जी आ रोड है तो यदा नाम भी शहीद जड़ा अकाली बाबा फूला सिंह रोड जड़ा रख्या गया। तो मैं जिथे अपने खास करके जोड़े निजर साहब का इतों के जोड़े मेयर ने उन्हों का बहुत धन्यवाद करदा, नाल बेनती करदा पंजाब सरकार नूं भी उन्हां नूं भी चाहीदा वध चढ़ के जिहड़े आ शहीदां दे जिहड़े उन्हां दीआं यादगारां कायम करनियां उन्हां दे प्रोग्राम जिहड़े मनाउणे जिवें पहलियां सरकारां भी बहुत सहयोग दिंदियां आईआं शताब्दियां दे विच इन्हां नूं भी चाहीदा वध चढ़ के सहयोग देना चाहीदा ते प्रोग्राम जिहड़े मनाउणे चाहीदे ने। जिवें मैं जिथे साडियां इत्थों दीआं सभा सोसाइटियां ते सारे ही गुरद्वारा साहिबां दे प्रधान तो श्रोमणी गुरद्वारा प्रबंधक कमेटी सारिया निहंग सिंह जथेबंदियां एकत्रताई दे नाल जिहड़ा सारा ही शहीदी शताब्दी 200 साल अकाली बाबा फूला सिंह जी मनाउण जा रहे हैं सारे दर्शन ददारे दिओ ते नाल ही जिहड़े आ साडे मरवाह साहब हरपाल सिंह जी व्यापार मंडल के प्रधान वो भी इत्थे आए ने उन्हां दा भी बहुत बहुत उन्होंने भी तन मन धन नाल जिहड़ा सेवा करन दा हर जिहड़े प्रोग्राम दे विच वध चढ़ के हिस्सा पाउण दा अपनी जिहड़ी है पूरी उत्साह दे नाल जिहड़ा उन्होंने वायदा किया सारे दे भी रहे ने साथ दे रहे ने सारे। वाहिगुरू जी का खालसा वाहिगुरू जी की फतेह।